ਕਿ ਲਖੀਮਪੁਰ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਸਾਨੂੰ ਹਜੇ ਵੀ ਲੜਾਈ ਲੜਨ ਦੀ ਲੋੜ ਹੈ, ਕਿਉਂਕਿ ਅਜੇ ਮਿਸ਼ਰਾ ਟਹਿਣੀ ਹੈ ਜਿਹੜਾ ਉਹ ਹਜੇ ਵੀ ਉਹਨਾਂ ਦੇ ਮਤਲਬ ਸਰਕਾਰ ਦੇ ਵਿੱਚ ਬਣਿਆ ਹੋਇਆ ਹੈ। ਦੇਖੋ ਕਮੇਟੀਆਂ ਬਣਨੀਆਂ ਕੁਛ ਹੋਰ ਚੀਜ਼ ਹੁੰਦੇ ਨੇ, ਉਹਨਾਂ ਨੇ ਪ੍ਰੋਸੈਸ ਅਡੋਪਟ ਕਰਨਾ, ਸਾਨੂੰ ਨਹੀਂ ਪਤਾ ਕਿਵੇਂ ਦਾ ਕਰਨਾ, ਉਹ ਉਹਨਾਂ 'ਤੇ ਡਿਪੈਂਡ ਆ। ਅਸੀਂ ਕਮੇਟੀਆਂ ਵਾਲੀ ਗੱਲ ਦੇ ਉੱਤੇ ਵਿਸ਼ਵਾਸ ਨਹੀਂ ਰੱਖਦੇ, MSP ਦੀ ਗਰੰਟੀ ਦੇ ਕਾਨੂੰਨ ਦੀ, ਇਹਨਾਂ ਤਿੰਨਾਂ ਲਈ ਉਹਨਾਂ ਨੇ ਮਤਲਬ ਫਰੇਮਵਰਕ ਵਾਸਤੇ ਸਾਡੇ ਕੋਲੋਂ ਸਮਾਂ ਮੰਗਿਆ ਸੀ ਅਤੇ ਕੱਲ੍ਹ ਨੂੰ ਮਤਲਬ ਆਪਾਂ ਜਿਹੜਾ ਆਉਣ ਵਾਲੇ ਐਤਵਾਰ ਨੂੰ ਉਹ ਮੀਟਿੰਗ ਦੇ ਵਿੱਚ ਸਾਨੂੰ ਦੱਸਣ। ਮੋਰਚਾ ਕਿਸ ਪਾਸੇ ਜਾ ਰਿਹਾ ਔਰ ਐਤਵਾਰ ਦੀ ਮੀਟਿੰਗ, ਐਤਵਾਰ ਤੱਕ ਤੁਹਾਡੇ ਵੱਲੋਂ ਕੀ ਜਿਹੜੇ ਇੱਥੇ ਲੋਕ ਆਏ ਹੋਏ ਉਹਨਾਂ ਨੂੰ ਅਪੀਲ ਹੈ ਕਿ ਇੱਥੇ ਬੈਠੇ ਰਹਿਣਾ, ਸੀਜ਼ ਫਾਇਰ ਹੋ ਗਿਆ? ਜਾਣਕਾਰੀ ਇਹ ਵੀ ਮਿਲੀ ਕਿ ਇੱਕ ਤੁਸੀਂ ਮੰਗ ਕੀਤੀ ਸੀ ਕੱਲ੍ਹ ਦੀ ਮੀਟਿੰਗ ਦੇ ਵਿੱਚ ਕੋਆਰਡੀਨੇਸ਼ਨ ਕਮੇਟੀ ਬਣਾਈ ਜਾਵੇ, ਹਰਿਆਣਾ ਦੇ ਨੁਮਾਇੰਦੇ ਵੀ ਉਸ ਦੇ ਵਿੱਚ ਹੋਣ, ਪੰਜਾਬ ਦੇ ਨੁਮਾਇੰਦੇ ਵੀ ਹੋਣ, ਆਪਸ 'ਚ ਗੱਲਬਾਤ ਕਰਨ, ਔਰ ਉਹ ਕਮੇਟੀ ਬਣ ਗਈ ਹੈ ਜਾਂ ਉਹ ਕਮੇਟੀ ਦਾ ਮਕਸਦ ਕੀ, ਕਮੇਟੀ 'ਚ ਕੌਣ ਕੌਣ ਹੋਣ? ਨਹੀਂ ਉਹ ਅਧਿਕਾਰੀਆਂ ਨੇ ਬਣਾਉਣੀ ਹੈ, ਦੋਨਾਂ ਸਰਕਾਰਾਂ ਨੇ, ਪ੍ਰਸ਼ਾਸਕ ਨੇ ਉੱਧਰ ਉੱਧਰ ਹੀ ਬਣਾਉਣੀ ਹੈ। ਇਹ ਜ਼ਰੂਰ ਸੀਗਾ ਕਿ ਜਿਸ ਤਰੀਕੇ ਦੇ ਨਾਲ ਇੱਥੇ ਛੇੜਛਾੜ ਹੋ ਰਹੀ ਸੀਗੀ, ਕਦੇ ਫਿਰ ਸ਼ੈਲਿੰਗ ਕਰ ਦਿੱਤੀ, ਕਦੇ ਕਿਵੇਂ ਹੋ ਗਿਆ, ਉਹਨੂੰ ਕੰਟਰੋਲ ਰੱਖਣ ਦੇ ਲਈ ਤਾਂ ਸਾਡੇ ਵਿੱਚ ਹਰਿਆਣਾ ਪੁਲਿਸ ਅਤੇ ਪੰਜਾਬ ਪੁਲਿਸ, ਹਰਿਆਣਾ ਅਤੇ ਹਰਿਆਣੇ ਦੀ ਪ੍ਰਸ਼ਾਸਕ ਅਤੇ ਇਧਰਲੇ ਪ੍ਰਸ਼ਾਸਕ ਬੈਠ ਕੇ ਉਹਦੀ ਬਣਾਉਣਗੇ। ਉਹ ਪੁਲਿਸ ਲੈਣੀ ਹੈ, ਕੌਣ ਲੈਣੇ ਨੇ ਉਹ ਆਪਦੇ ਹਿਸਾਬ ਨਾਲ ਕਰਨਗੇ। ਮੰਗਾਂ ਕਿੱਥੇ ਖੜੀਆਂ ਨੇ? ਜਾਣਕਾਰੀ ਜਿਹੜੀ ਸਾਡੇ ਮਿਲ ਰਹੀ ਹੈ ਕਿ ਕੁਛ ਮੰਗਾਂ 'ਤੇ ਰਾਜ਼ੀ ਸੀ, ਲਖੀਮਪੁਰ 'ਤੇ ਰਾਜ਼ੀ ਸੀ, ਕੀਟਨਾਸ਼ਕ ਦਵਾਈਆਂ 'ਤੇ ਰਾਜ਼ੀ ਸੀ, ਬਿਜਲੀ ਸੋਧ ਐਕਟ 'ਤੇ ਰਾਜ਼ੀ ਸੀ, MSP ਨੂੰ ਲੈ ਕੇ ਉਹ ਕਹਿ ਰਹੇ ਸੀ ਕਿ ਸਾਰੇ ਦੇਸ਼ ਦੇ ਖੇਤੀਬਾੜੀ ਮੰਤਰੀ ਬੁਲਾਉਣੇ ਪੈਣਗੇ, ਉਸ ਤੋਂ ਬਾਅਦ ਸਮਾਂ ਲੱਗੇਗਾ, ਲੇਕਿਨ 15-20 ਦਿਨਾਂ 'ਚ ਕੋਡ ਆਫ ਕੰਡਕਟ ਲੱਗ ਜਾਣਾ, ਇਸ ਗੱਲ ਨੂੰ ਤੁਸੀਂ ਸਮਝੋ, ਤੁਸੀਂ ਕਿਹਾ ਤੁਸੀਂ ਸਮਾਂ ਲੈ ਲਓ ਜਿਹੜਾ ਲੈਣਾ, ਕੀ ਕਿੱਥੇ ਇਸ ਵੇਲੇ ਐਤਵਾਰ ਦੀ ਗੱਲ ਕਿੱਥੋਂ ਸ਼ੁਰੂ ਹੋਏਗੀ, ਕਿੱਥੇ ਖਤਮ ਹੋ ਸਕਦੀ ਹੈ? ਦੇਖੋ ਸਾਨੂੰ ਇਹ ਕਹਿ ਕੇ ਗਏ ਨੇ ਕਿ ਸਾਨੂੰ ਇਹ 'ਤੇ ਫਰੇਮਵਰਕ ਕਰਨਾ ਪਏਗਾ, ਫਰੇਮਵਰਕ ਕਰਕੇ ਆਵਾਂਗੇ ਅਸੀਂ। ਅੱਜ ਮੈਨੂੰ ਪਤਾ ਲੱਗਿਆ ਕਿ ਆਪਣਾ ਮੰਤਰੀ ਸਾਹਿਬਾਨਾਂ ਦੀ ਦੁਬਾਰਾ ਉੱਥੇ ਜਾ ਕੇ ਮੀਟਿੰਗ ਵੀ ਹੋਈ ਹੈ, ਹੋ ਸਕਦਾ ਇਸ ਇਸ਼ੂ ਦੇ ਉੱਤੇ ਉਹ ਵਿਚਾਰ ਚਰਚਾ ਕਰ ਰਹੇ ਹੋਣ। ਜਿਹੜਾ ਫਰੇਮਵਰਕ ਬਣਾਉਣ ਦੀ ਗੱਲ ਕਰਕੇ ਗਏ ਨੇ ਉੱਥੇ ਕੁਛ ਉਹਦੇ 'ਤੇ ਉਹਦੇ ਕੁਛ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋਣ, ਔਰ ਮੈਨੂੰ ਲੱਗਦਾ ਕਿ ਜੇਕਰ ਉਹ ਕਰਨਗੇ ਤਾਂ ਪੋਜ਼ਿਟਿਵ ਹੋਏਗਾ, ਮਾਹੌਲ ਲਈ ਪੋਜ਼ਿਟਿਵ ਹੋਏਗਾ ਔਰ ਕਿਸਾਨਾਂ ਲਈ ਇੱਕ ਵੱਡੀ ਰਾਹਤ ਮਿਲੇਗੀ ਅਗਰ ਸਰਕਾਰ MSP ਦੀ ਗਰੰਟੀ ਦਾ ਕਾਨੂੰਨ। ਡਾਕਟਰ ਸੋਮੀ ਕਹਿ ਰਹੇ ਕਿ 15-20 ਦਿਨ ਬਚੇ ਕੋਡ ਆਫ ਕੰਡਕਟ ਨੂੰ, ਸਾਰੇ ਦੇਸ਼ ਦੇ ਖੇਤੀਬਾੜੀ ਮੰਤਰੀ ਮੈਂ ਬੁਲਾ ਨਹੀਂ ਸਕਦਾ, ਇੰਨੀ ਜਲਦੀ ਹੋ ਨਹੀਂ ਸਕਦਾ, ਅਤੇ ਫਿਰ ਕੀ ਕਮੇਟੀ 'ਤੇ ਰਾਜ਼ੀ ਹੋ ਜਾਣਗੇ ਜਾਂ ਫਿਰ ਕਾਨੂੰਨ 'ਤੇ ਹੀ ਰਾਜ਼ੀ ਹੋਣਾ? ਨਹੀਂ ਦੇਖੋ ਕਮੇਟੀਆਂ ਬਣਨੀਆਂ ਕੁਛ ਹੋਰ ਚੀਜ਼ ਹੁੰਦੇ ਨੇ, ਉਹਨਾਂ ਨੇ ਪ੍ਰੋਸੈਸ ਅਡੋਪਟ ਕਰਨਾ, ਸਾਨੂੰ ਨਹੀਂ ਪਤਾ ਕਿਵੇਂ ਦਾ ਕਰਨਾ, ਉਹ ਉਹਨਾਂ 'ਤੇ ਡਿਪੈਂਡ ਆ। ਅਸੀਂ ਕਮੇਟੀਆਂ ਵਾਲੀ ਗੱਲ ਦੇ ਉੱਤੇ ਵਿਸ਼ਵਾਸ ਨਹੀਂ ਰੱਖਦੇ, ਹਾਂ ਇਹ ਜ਼ਰੂਰ ਆ ਗੱਲ ਕਿ ਜੋ ਉਹਨਾਂ ਨੂੰ ਲੱਗਦਾ ਕਿ ਆਹ ਪ੍ਰੋਸੈਸ ਅਡੋਪਟ ਕਰਨਾ ਪਏਗਾ ਉਹ ਕਰ ਲੈਣ, ਲੇਕਿਨ ਸਾਡਾ ਪ੍ਰੋਟੈਸਟ ਹੈ ਜਿਹੜਾ ਉਹ ਜਾਰੀ ਰਹੇ। ਕੱਲ੍ਹ ਦੀ ਮੀਟਿੰਗ 'ਚ ਰਾਜ਼ੀ ਹੋ ਗਏ ਸੀ ਲਖੀਮਪੁਰ ਮਸਲੇ 'ਤੇ ਕਿ ਅਸੀਂ ਮੁਆਵਜ਼ਾ ਦੇ ਦਾਂਗੇ, ਰਾਜ਼ੀ ਹੋ ਗਏ ਸੀ? ਕਿਹੜੀ ਕਿਹੜੀ ਗੱਲ 'ਤੇ ਰਾਜ਼ੀ ਹੋ ਗਏ ਸੀ? ਤੁਸੀਂ ਕਿਹਾ ਕਿ ਅਨਾਊਂਸਮੈਂਟ ਕਰੋ, ਉਹ ਕਹਿੰਦੇ ਕਿ ਪਹਿਲਾਂ ਤੁਸੀਂ ਕਮਿਟਮੈਂਟ ਕਰੋ ਫਿਰ ਅਸੀਂ ਅਨਾਊਂਸਮੈਂਟ ਕਰਾਂਗੇ, ਇਸ ਤਰੀਕੇ ਦੀ ਵੀ ਗੱਲਬਾਤ ਹੋਈ ਸੀ? ਦੇਖੋ ਜਿਹੜੀ ਮਤਲਬ ਰਾਜ਼ੀ ਹੋਣ ਵਾਲੀ ਗੱਲ ਹੈ ਉਹ ਰਾਜ਼ੀ ਤਾਂ ਪਹਿਲੇ ਦਿਨ ਤੋਂ ਹੋਏ ਹੋਏ ਨੇ, ਹੈਂ ਉਹਨਾਂ ਨੇ ਕਹਿਤਾ ਸੀਗਾ ਕਿ ਅਸੀਂ ਲਖੀਮਪੁਰ ਵਾਲੇ ਪਹਿਲੇ ਦਿਨ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਉੱਥੇ ਸਾਡੀ ਕੋਈ ਕਮਿਟਮੈਂਟ ਨਹੀਂ ਹੋਈ, ਲੇਕਿਨ ਸਾਨੂੰ ਇਹ ਸਾਡੇ ਨਾਲ ਗੱਲੋਂ ਕਰਕੇ ਥੋੜ੍ਹਾ ਜਿਹਾ ਵਧੀਆ ਕੰਮ ਇਹ ਹੋ ਗਿਆ ਵੀ ਉਹ ਸਾਨੂੰ ਇਹ ਕਹਿ ਗਿਆ ਕਿ ਅਗਰ ਕੋਈ ਤੁਹਾਡੇ ਕੋਲ ਪ੍ਰੂਫ ਹੱਥ ਦੇ ਦਿਓ। ਸਾਡੇ ਕੋਲ ਮਤਲਬ ਜਿਹੜੀ ਵੀਡੀਓ ਸੀ ਉਸ ਸਮੇਂ ਦੇ ਅਧਿਕਾਰੀਆਂ ਦੀ ਅਸੀਂ ਉਹਨਾਂ ਨੂੰ ਭੇਜ ਦਿੱਤੀ ਔਰ ਉਹਦੇ ਆਧਾਰ ਦੇ ਉੱਤੇ ਉਹਨਾਂ ਨੇ ਸਾਨੂੰ ਮਤਲਬ ਇਹ ਮੰਨ ਲਿਆ ਕਿ ਅਸੀਂ ਜਿਹੜੇ ਤੁਹਾਡੇ 13 ਸ਼ਹੀ ਆਪਣੇ ਉੱਥੇ ਇੰਜਰਡ ਹੋਏ ਨੇ ਉਹਨਾਂ ਸਾਰੇ ਦੇ ਸਾਰੇ 13 ਨੂੰ ਅਸੀਂ 10-10 ਲੱਖ ਜਿਹੜਾ ਕਮਿਟ ਕੀਤਾ ਹੈ ਉਹ ਅਸੀਂ ਦੇਵਾਂਗੇ, ਔਰ ਉਹਦੇ 'ਤੇ ਉਹ ਐਗਰੀ ਹੋ ਗਏ ਸੀ। ਕੇਸਾਂ 'ਤੇ ਵੀ ਐਗਰੀ ਨੇ ਕਿ ਅਸੀਂ ਮਤਲਬ ਕੇਸ ਵਾਪਸ ਲੈਂਦੇ ਹਾਂ। ਵੱਡੀ ਮੰਗ ਆ ਖਰੇ ਦੋਨੋਂ ਕਿ ਲਖੀਮਪੁਰ ਉਸ ਅੰਦੋਲਨ ਦੀ ਇੱਕ ਵੱਡਿਆ ਟ੍ਰੈਜਡੀ ਸੀ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਨਸਾਫ ਮਿਲਣਾ ਬਾਕੀ ਸੀ, ਲੇਕਿਨ ਹਜੇ ਵੀ ਮੈਂ ਸਮਝੂੰਗਾ ਕਿ ਲਖੀਮਪੁਰ ਦੇ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਸਾਨੂੰ ਹਜੇ ਵੀ ਲੜਾਈ ਲੜਨ ਦੀ ਲੋੜ ਹੈ, ਕਿਉਂਕਿ ਅਜੇ ਮਿਸ਼ਰਾ ਟਹਿਣੀ ਹੈ ਜਿਹੜਾ
ਉਹ ਹਜੇ ਵੀ ਉਹਨਾਂ ਦੇ ਮਤਲਬ ਸਰਕਾਰ ਦੇ ਵਿੱਚ ਬਣਿਆ ਹੋਇਆ ਹੈ, ਤਾਂ ਉਹਦੇ ਤੇ ਇਨਸਾਫ ਲਈ ਹਜੇ ਸਾਨੂੰ ਮਤਲਬ ਸਟੈਂਡ ਲੈਣਾ। ਕਰਜ਼ ਮਾਫੀ ਤੇ ਕਿੱਥੇ ਕੀ ਕਹਿ ਰਹੇ ਹੋ? ਦੇਖੋ ਮੈਂ ਬੇਨਤੀ ਕਰਾਂ ਕਿ ਜਿਹੜੀ ਕਰਜ਼ ਮਾਫੀ ਦੀ ਗੱਲ ਹੈ, ਕਰਜ਼ ਮਾਫੀ ਹੈ, ਡਾਕਟਰ ਸਵਾਮੀਨਾਥਨ ਦੀ ਰਿਪੋਰਟ ਹੈ, ਔਰ ਇਹ ਜਿਹੜੇ ਆਪਾਂ ਗੱਲ ਕਰ ਰਹੇ ਹਾਂ MSP ਦੀ ਗਰੰਟੀ ਦੇ ਕਾਨੂੰਨ ਦੀ, ਇਹਨਾਂ ਤਿੰਨਾਂ ਲਈ ਉਹਨਾਂ ਨੇ ਮਤਲਬ ਫਰੇਮਵਰਕ ਵਾਸਤੇ ਸਾਡੇ ਕੋਲੋਂ ਸਮਾਂ ਮੰਗਿਆ ਸੀ, ਅਤੇ ਕੱਲ੍ਹ ਨੂੰ ਮਤਲਬ ਆਪਾਂ ਜਿਹੜਾ ਆਉਣ ਵਾਲੇ ਐਤਵਾਰ ਨੂੰ ਉਹ ਮੀਟਿੰਗ ਦੇ ਵਿੱਚ ਸਾਨੂੰ ਦੱਸਣ। ਧੰਨਵਾਦ। ਇਸ ਵੇਲੇ ਜਗਜੀਤ ਸਿੰਘ ਡੱਲੇਵਾਲ ਨਿਊਜ਼ 18 ਤੇ ਜੁੜੇ, ਉਹਨਾਂ ਨੇ ਮੀਟਿੰਗ ਦੇ ਬਾਰੇ ਵੀ ਦੱਸਿਆ, ਜਿਹੜੇ ਇਸ ਅੰਦੋਲਨ ਦੇ ਵਿੱਚ ਜਿਸ ਕਿਸਾਨ ਦੀ ਮੌਤ ਹੋਈ ਉਸ ਨੂੰ ਵੀ ਸ਼ਰਧਾਂਜਲੀ ਜਿਹੜੀ ਇੱਥੇ ਸ਼ੰਭੂ ਬਾਰਡਰ ਦੇ ਉੱਤੇ ਦਿੱਤੀ ਗਈ ਹੈ। ਕੱਲ੍ਹ ਅੰਤਿਮ ਸੰਸਕਾਰ ਜਿਹੜਾ ਹੋਏਗਾ।